ਬਟ ਮੈਨੂੰ ਲੱਗਦਾ ਕਿ ਜਿੰਨੇ ਵੀ ਡਾਇਰੈਕਟਰਸ ਜਾਂ ਫਿਰ ਕੋਈ ਵੀ ਪ੍ਰੋਡਿਊਸਰ ਜੇ ਇੱਦਾਂ ਸੋਚਦੇ ਆ ਕਿਸੇ ਵੀ ਕੁੜੀ ਬਾਰੇ ਕਿਸੇ ਬਾਰੇ, ਮਤਲਬ ਬਹੁਤ ਹੀ ਸ਼ਰਮ ਵਾਲੀ ਗੱਲ ਆ। ਮਤਲਬ ਗੱਲ ਤਾਂ ਹੋਈ ਸੀ ਇੱਕ ਅੱਧੀ ਵਾਰੀ ਇੱਦਾਂ ਦੀ, ਮੈਂ ਝੂਠ ਨਹੀਂ ਬੋਲੂੰਗੀ। ਗਲਤ ਅਤੇ ਚੰਗੇ ਦੋਨੇ ਤਰੀਕੇ ਦੇ ਬੰਦੇ ਮਿਲਦੇ ਆ, ਤੁਸੀਂ ਕਿਹੜੀ ਚੀਜ਼ 'ਤੇ ਜ਼ਿਆਦਾ ਕੋਨਸਨਟ੍ਰੇਟ ਕਰਦੇ ਹੋ ਵੀ ਉਹਨਾਂ ਨੂੰ ਆਪ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਘਰ ਵੀ 30 ਭੈਣਾਂ ਹੈਗੀਆਂ, ਇੱਕ ਕੁੜੀ ਦੇ ਜ਼ਮੀਰ ਦੇ ਆ, ਈਵਨ ਮੁੰਡੇ ਦੇ ਜ਼ਮੀਰ 'ਤੇ, ਉਹ ਬਹੁਤ ਗਲਤ ਹੈ। ਪਤਾ ਨਹੀਂ ਲੋਕ ਕਿੱਦਾਂ ਕਰ ਲੈਂਦੇ ਆ, ਕਿਤੇ ਜਵਾਬ ਨਾ ਦੇਣਾ ਪਵੇ ਲੇਕਿਨ ਉੱਤੇ ਤਾਂ ਜਵਾਬ ਦੇਣਾ ਹੀ ਪੈਂਦਾ, ਅਤੇ ਇੱਕ ਦਿਨ ਉਹ ਆਉਂਦਾ ਹੀ ਆ ਜਿੱਥੇ, ਅਤੇ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਮੈਨੂੰ ਇੱਦਾਂ ਲੱਗਦਾ ਉਹ ਰੱਬ ਨੂੰ ਪਤਾ ਇਹੋ ਜਿਹੇ ਬੰਦੇ ਛੇਤੀ ਗਾਇਬ ਹੋ ਜਾਂਦੇ ਆ, ਫਿਰ ਰਹਿੰਦੇ ਹੀ ਨਹੀਂ। ਭਵਿੱਖ ਵੀ ਕਾਫੀ ਰੌਲਾ ਪੈ ਜਾਂਦਾ ਹੈਗਾ ਵੀ ਕਾਸਟਿੰਗ ਕਾਊਚ ਨੂੰ ਲੈ ਕੇ ਵੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਅਤੇ ਕੁੜੀਆਂ ਲਈ ਕਾਫੀ ਕਈ ਵਾਰੀ ਅਨਸੇਫ ਹੋ ਜਾਂਦਾ, ਕੋਈ ਇੱਦਾਂ ਦਾ ਐਕਸਪੀਰੀਅੰਸ ਤੁਹਾਡਾ ਤਾਂ? ਨੋਟ ਰੀਅਲੀ ਰੀਅਲੀ, ਉਹ ਇੱਦਾਂ ਮਤਲਬ ਗੱਲ ਤਾਂ ਹੋਈ ਸੀ ਇੱਕ ਅੱਧੀ ਵਾਰੀ ਇੱਦਾਂ ਦੀ, ਮੈਂ ਝੂਠ ਨਹੀਂ ਬੋਲੂੰਗੀ, ਬਟ ਮੈਂ ਉਹ ਰਸਤੇ ਨੂੰ ਇੰਨਾ ਜ਼ਿਆਦਾ ਟਾਈਮ ਹੀ ਨਹੀਂ ਦਿੱਤਾ ਮੈਂ ਉਸ ਚੀਜ਼ ਨੂੰ ਸੋਚਣ ਦਾ, ਕਿਉਂਕਿ ਗਲਤ ਅਤੇ ਚੰਗੇ ਦੋਨੇ ਤਰੀਕੇ ਦੇ ਬੰਦੇ ਮਿਲਦੇ ਆ, ਤੁਸੀਂ ਕਿਹੜੀ ਚੀਜ਼ 'ਤੇ ਜ਼ਿਆਦਾ ਕੋਨਸਨਟ੍ਰੇਟ ਕਰਦੇ ਹੋ। ਜਦੋਂ ਇਹ ਚੀਜ਼ ਹੋਈ ਸੀਗੀ ਮੈਨੂੰ ਕਿਸੇ, ਮਤਲਬ ਜਦੋਂ ਇਹ ਚੀਜ਼ ਹੋਈ ਤਾਂ ਮੈਨੂੰ ਲੱਗਿਆ, ਮੈਂ ਕਿਹਾ ਯਾਰ ਆਹ ਕੀ ਹੋ ਗਿਆ, ਹੈ ਨਾ, ਇੱਕ ਵਾਰੀ ਬੰਦਾ ਸਟੋਨ ਹੋ ਜਾਂਦਾ ਵੀ ਆਹ ਕੀ ਆ। ਬਟ ਮੈਨੂੰ ਲੱਗਦਾ ਕਿ ਜਿੰਨੇ ਵੀ ਡਾਇਰੈਕਟਰਸ ਜਾਂ ਫਿਰ ਕੋਈ ਵੀ ਪ੍ਰੋਡਿਊਸਰ ਜੇ ਇੱਦਾਂ ਸੋਚਦੇ ਆ ਕਿਸੇ ਵੀ ਕੁੜੀ ਬਾਰੇ ਕਿਸੇ ਬਾਰੇ, ਮਤਲਬ ਬਹੁਤ ਹੀ ਸ਼ਰਮ ਵਾਲੀ ਗੱਲ ਆ। ਮੈਨੂੰ ਨਹੀਂ ਪਤਾ, ਮਤਲਬ ਮੈਂ ਇਸ ਚੀਜ਼ 'ਤੇ ਕੀ ਬੋਲਾਂ ਵੀ ਉਹਨਾਂ ਨੂੰ ਆਪ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਘਰ ਵੀ 30 ਭੈਣਾਂ ਹੈਗੀਆਂ, ਵੀ ਤੁਸੀਂ ਸੋਚੋ ਕਿ ਉਹ ਬੱਚਾ ਆਪਦਾ ਘਰ ਪਰਿਵਾਰ ਛੱਡ ਕੇ ਇੰਨੀ ਮਿਹਨਤ ਕਰਕੇ ਆ ਰਿਹਾ ਹੈ ਅਤੇ ਆਪਣਾ 100% ਦੇ ਰਿਹਾ, ਕੋਈ ਵੀ ਹੋਵੇ, ਅਤੇ ਦੈਨ ਜੇ ਤੁਸੀਂ ਇੱਦਾਂ ਦੀ ਕੋਈ ਗੱਲ ਕਰੋਗੇ ਜਿਹੜੀ ਕਿ ਇੱਕ ਕੁੜੀ ਦੇ ਜ਼ਮੀਰ ਦੇ ਆ, ਈਵਨ ਮੁੰਡੇ ਦੇ ਜ਼ਮੀਰ 'ਤੇ, ਉਹ ਬਹੁਤ ਗਲਤ ਹੈ। ਪਤਾ ਨਹੀਂ ਲੋਕ ਕਿੱਦਾਂ ਕਰ ਲੈਂਦੇ ਆ, ਬਟ ਜੇ ਕੋਈ ਇੱਦਾਂ ਦਾ ਬੰਦਾ ਮੈਨੂੰ ਇਸ ਟਾਈਮ ਦੇਖ ਰਿਹਾ ਦੈਨ ਯੂ ਸ਼ੁੱਡ ਬੀ ਅਸ਼ੇਮਡ ਆਫ ਇਟ, ਕਿਉਂਕਿ ਕਿਤੇ ਜਵਾਬ ਨਾ ਦੇਣਾ ਪਵੇ ਲੇਕਿਨ ਉੱਤੇ ਤਾਂ ਜਵਾਬ ਦੇਣਾ ਹੀ ਪੈਂਦਾ, ਅਤੇ ਇੱਕ ਦਿਨ ਉਹ ਆਉਂਦਾ ਹੀ ਆ ਜਿੱਥੇ, ਅਤੇ ਜਿਹੜੇ ਇਹੋ ਜਿਹੇ ਕੰਮ ਕਰਦੇ ਆ ਮੈਨੂੰ ਇੱਦਾਂ ਲੱਗਦਾ ਉਹਨਾਂ ਦਾ ਕਿਤੇ ਨਾ ਕਿਤੇ ਪਤਾ ਰੱਬ ਨੇ ਇੱਥੇ ਹੀ ਸਾਰਾ ਕੁਛ ਕਰ ਦੇਣਾ, ਉਹਨਾਂ ਨੇ ਸਭ ਕੁਛ ਇੱਥੇ ਹੀ ਆ। ਜਦੋਂ ਆਪਾਂ ਕਹਿੰਦੇ ਹਾਂ ਕਿ ਆਹ ਹੋ ਜੂਗਾ ਉਹ ਹੋ ਜੂਗਾ, ਇੱਦਾਂ ਕੋਈ ਨਰਕ ਹੈ ਸਵਰਗ ਹੈ, ਕੁਛ ਨਹੀਂ ਹੈਗਾ, ਸਭ ਇੱਥੇ ਹੀ ਆ। ਤੁਸੀਂ ਜੇ ਕਿਸੇ ਦਾ ਦਿਲ ਦਿਖਾਓਗੇ, ਭਾਵੇਂ ਕੁੜੀ ਹੋਵੇ ਮੁੰਡਾ ਹੋਵੇ ਬੱਚਾ ਕੋਈ ਵੀ ਹੋਵੇ, ਹੈ ਨਾ, ਇਨਫੈਕਟ ਮੈਂ ਤਾਂ ਕਹਿੰਦੀ ਭਾਵੇਂ ਐਨੀਮਲ ਵੀ ਹੋਵੇ, ਤੁਹਾਡੇ ਕਰਮ ਇੱਦਾਂ ਦੇ ਹੋਣੇ ਚਾਹੀਦੇ ਆ ਵੀ ਤੁਹਾਨੂੰ ਇੱਦਾਂ ਯਾਰ ਇਹ ਮੁੜ ਕੇ ਆਉਂਦਾ। ਕਰਮ ਬਹੁਤ ਵੱਡੀ ਚੀਜ਼ ਆ, ਕਰਮਾ ਇਜ਼ ਲਿਟਰਲੀ ਇਜ਼ ਗੋਇੰਗ ਟੂ ਕਿਲ ਯੂ, ਜੇ ਤੁਸੀਂ ਆਪਣੇ ਕਰਮ ਚੰਗੇ ਨਹੀਂ ਰੱਖਦੇ ਤਾਂ ਇੱਥੇ ਹੀ ਸਾਰਾ ਕੁਛ ਹੋਣਾ। ਸੋ ਰੱਬ ਬੈਠਾ ਜਿਹਨਾਂ ਨਾਲ ਕਦੇ ਕੁਛ ਹੋਇਆ, ਮੈਂ ਕਹਿੰਦੀ ਹਾਂ ਜੇ ਮੇਰੇ ਨਾਲ ਇੱਦਾਂ ਦਾ ਕੁਛ ਹੋਇਆ ਮੈਨੂੰ ਪਤਾ ਮੈਂ ਕਿੱਦਾਂ ਉਸ ਨੂੰ ਉਹ ਕੀਤਾ ਹੈ, ਓਵਰਕਮ ਕੀਤਾ ਹੈ, ਜਾਂ ਫਿਰ ਮੈਂ ਕਦੇ ਸਟੋਪ ਨਹੀਂ ਕੀਤਾ, ਮੈਂ ਅੱਜ ਤੱਕ ਕੰਮ ਕਰ ਰਹੀ ਹਾਂ ਅਤੇ ਅੱਗੇ ਵੀ ਕੰਮ ਕਰੂੰਗੀ ਜਿੰਨੇ ਵੀ ਆਉਣ ਵਾਲੇ ਸਾਲ ਆਉਣਗੇ। ਉਹ ਰੱਬ ਨੂੰ ਪਤਾ ਇਹੋ ਜਿਹੇ ਬੰਦੇ ਛੇਤੀ ਗਾਇਬ ਹੋ ਜਾਂਦੇ ਆ, ਫਿਰ ਰਹਿੰਦੇ ਹੀ ਨਹੀਂ। ਕੰਟਰੋਵਰਸੀਜ਼ ਦੀ ਜੇਕਰ ਮੈਂ ਗੱਲ ਕਰਾਂ ਤਾਂ ਕੁੜੀਆਂ ਦਾ ਕਰੀਅਰ ਬਣਾ ਵੀ ਦਿੰਦੀ ਹੈ ਅਤੇ ਖਰਾਬ ਵੀ ਹੋ ਸਕਦਾ, ਤੁਹਾਨੂੰ ਕੀ ਲੱਗਦਾ? ਯਾਰ ਕੰਟਰੋਵਰਸੀਜ਼ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ, ਹਰ ਕਿਸੇ ਨਾਲ ਚੱਲਦੀਆਂ ਨੇ, ਇਟਸ ਲਾਈਕ ਪਾਰਟ ਆਫ ਗੇਮ, ਅਤੇ ਲਾਈਫ ਬਣਨਾ ਜਾਂ ਉਹ ਹੋਣਾ ਆਈ ਬਿਲੀਵ ਕਿਸੇ ਦੇ ਹੱਥ 'ਚ, ਕੰਟਰੋਵਰਸੀਜ਼ ਦੇ ਹੱਥ 'ਤੇ ਨਹੀਂ ਹੈਗਾ, ਇਹ ਹੈਗਾ ਤੁਹਾਡੇ ਹੱਥ 'ਚ। ਉਸ ਕੰਟਰੋਵਰਸੀਜ਼ ਤੋਂ ਬਾਅਦ ਤੁਸੀਂ ਕੀ ਕਰਦੇ ਹੋ, ਤੁਸੀਂ ਕਿੱਦਾਂ ਉਹਨੂੰ ਸਾਂਭਦੇ ਹੋ, ਤੁਸੀਂ ਆਪਣੇ ਆਪ ਨੂੰ ਕਿੱਦਾਂ ਸਾਂਭਦੇ ਹੋ, ਤੁਸੀਂ ਆਪਣੇ ਕੰਮ ਨੂੰ ਕਿੱਦਾਂ ਸਾਂਭਦੇ ਹੋ, ਤਾਂ ਇਹ ਤੁਹਾਡੇ 'ਤੇ ਆ। ਕੰਟਰੋਵਰਸੀਜ਼ ਤਾਂ ਹਰ ਕਿਸੇ ਨਾਲ ਹੁੰਦੀਆਂ ਨੇ, ਤਾਂ ਇਹਦਾ ਮਤਲਬ ਇਹ ਨਹੀਂ ਕਿ ਕੰਟਰੋਵਰਸੀਜ਼ ਦੇ ਬਿਹਾਫ 'ਤੇ ਤੁਸੀਂ ਸਟਾਰ ਬਣੇ ਹੋ, ਨਹੀਂ, ਉਹਦੇ 'ਚ ਆਪ 'ਚ ਕੈਪੇਬਿਲਿਟੀ ਹੋਣੀ ਆ ਇਨਸਾਨ ਦੇ ਵਿੱਚ, ਉਹ ਆਪ ਇੱਦਾਂ ਦੇ ਹੋਣੇ ਆ, ਤਾਂ ਕਰਕੇ ਉਹਨਾਂ ਨੇ ਆਪਦੇ ਆਪ 'ਤੇ ਇੰਨਾ ਵਰਕ ਕੀਤਾ ਹੋਣਾ। ਅਤੇ ਮੈਨੂੰ ਨਹੀਂ ਲੱਗਦਾ ਕਿ ਕੰਟਰੋਵਰਸੀਜ਼ ਕਰਕੇ ਕੋਈ ਬਣਦਾ, ਬੰਦਾ ਬਣਦਾ ਆਪਦੀ ਕਿਸਮਤ ਅਤੇ ਆਪਦੀ ਮਿਹਨਤ।